अस्सलाम वालेकुम जी, गवां चेक करो जी। ये साढ़े भाई बड़े मियां नवीद साहब, ये उन्होंने गावं, बाकी इन्होंने दुध की डिटेल, इन्होंने सूए वगैरह दंद शंद सानू चेक कराने, तुसी पहला कंप्लीट नज़ारे कर लो। इसी चेक करो, चेक कर दे जाओ सारियां वारी वारी, कंप्लीट नज़ारे। कीमती हीरे कंप्लीट नज़ारे करो जी गांव में, माशाल्लाह कंप्लीट, चेक करो जी। इस गांव के ऑनर साडे नाल मौजूद हैं मियां नवीद साहब। अस्सलाम वालेकुम जी। बच्चा जी कल शाम 4 बजे की बैठ सोई है। ठीक है, ते किन्ना दूध दे रही है? ते भाई ने को बोला माशाल्लाह चोया 20 लीटर। 20 लीटर बोला चोया। ते कि पहले सुए सुई है दूजे? ए दूसरा सुआ जी बैठ दा माशाल्लाह। दूसरा सुआ, ते इदी के कीमत है? इंदा मुल्ल जी कराना जे जिन्ना भी करा लो उन्ना ही थोड़ा बैठ दा मुल्ल, ते 4 लाख रुपया कर। 4 लाख रुपया जी। दूसरा सुआ सुई है जी, थानी हन चेक कर लो। तोड़ दे थोड़ी जी जरा बाल बच्चा, कंप्लीट नजारे कर लो जी। ਇਹ ਬੱਚਾ ਇਹਦੇ ਨਾਲ ਕੱਲ੍ਹ ਸ਼ਾਮੀ 5 ਵਜੇ ਇਹਦੀ ਚੁਆਈ ਕੀਤੀ ਹੈ ਜੀ। ਠੀਕ ਹੈ ਜੀ, ਕਿੰਨਾ ਬੋਲਾ ਨਿਕਲਿਆ? ਬੋਲਾ ਇਹਦੇ ਕੋਲ 14 ਕਿਲੋ ਮਾਸ਼ਾਅੱਲਾ ਨਿਕਲਿਆ। ਠੀਕ ਹੈ, ਜਿਵੇਂ ਜਿਵੇਂ ਚੁਆਈਆਂ ਹੋਣੀਆਂ ਉਵੇਂ ਉਵੇਂ ਵੈੜ ਫੁੱਲਣੀ ਅੱਲਾ ਦੇ ਇਨਸ਼ਾਅੱਲਾ। ਇਹ ਬੱਚਾ ਹੀ ਨਜ਼ਰ ਆਉਂਦਾ, ਬੜੀ ਖੂਬਸੂਰਤ ਹੈ। ਇਹ ਕੀ ਕੀਮਤ ਨੇ? ਇਹਦਾ 2,40,000 ਰੁਪਇਆ ਵੈੜ ਦਾ ਮੰਗਦੇ ਆ। 2,40,000 ਜੀ। ਹੁਣ ਆਓ ਜੀ ਵੈੜੀ ਨੰਬਰ ਤੀਸਰੀ। ਦਸਾਂ ਕਿ ਦਿਨਾਂ ਦੀ ਮਾਸ਼ਾਅੱਲਾ? ਇਹ 10 ਦਿਨਾਂ ਦੀ ਸੂਈ ਹੈ। 10-15 ਦਿਨ ਮਗਰ ਇਹਦੇ ਵੱਛੀ ਹੈ। ਵੱਛੀ ਇਹ ਵੱਛੀ ਹੈ ਜੀ? ਹਾਂਜੀ ਇਹ ਵੱਛੀ ਹੈ ਜੀ। ਇਹ ਵੱਛੀ ਹੈ ਜੀ ਇਸ ਨਾਲ। ਇਹ ਕਿੰਨਾ ਦੁੱਧ ਦੇ ਰਹੀ ਨੇ? ਇਹ ਭਾਈ ਦੇ ਕੋ ਦੁੱਧ ਹੈ 20 ਲੀਟਰ ਦੋਵਾਂ ਟਾਈਮਾਂ ਦਾ, 10 ਲੀਟਰ ਉਸ ਟਾਈਮ 10 ਲੀਟਰ ਉਸ ਟਾਈਮ। ਠੀਕ ਹੈ ਜੀ, 20 ਲੀਟਰ ਦੁੱਧ। ਇਹਦੀ ਕੀ ਕੀਮਤ ਹੈ? ਰੋਟੀ ਦਾ ਭਾਈ 2 ਲੱਖ ਰੁਪਏ ਮੰਗ ਰਿਹਾ। 2 ਲੱਖ ਰੁਪਏ ਨੇ ਚਨੇ ਨੇ ਸਾਡਾ ਗੋਸ਼ਤ ਤੇ ਕੀਮਾ। ਹੋਰ ਵੈੜੀ ਨੰਬਰ 3 ਦਾ ਰੇਟ ਲਾਈ। ਇਹ ਵੈੜੀ ਨੰਬਰ 4 ਦਾ ਰੇਟ ਲਾਓ ਜੀ। ਵੈੜੀ ਦਾ ਜੀ ਭਾਈ ਜਿੰਨੇ ਦੀ ਜਾਨ ਨਸ ਤੇ 2,40,000 ਮੰਗ ਰਹੇ ਆ। ਛਿੱਗੀ ਮੂੰਹ ਆ ਵੱਛੀ, ਮਾਸ਼ਾਅੱਲਾ। ਛਿੱਗੀ ਮੂੰਹ ਇਹਦੇ ਨਾਲ ਕੀ ਹੈ? ਵੱਛੀ ਹੈ ਬੱਚਾ? ਮਗਰ ਵੱਛਾ ਜੀ, ਮਾਸ਼ਾਅੱਲਾ। ਠੀਕ ਹੈ, ਕਿੰਨੇ ਦਿਨਾਂ ਦੀ ਸੂਈ ਨੇ? ਇਹ ਸੂਈ ਹੈ 3rd ਦਿਨ ਵੈੜ ਸੂਈ। 3rd ਦਿਨ ਹੈ। ਕਿੰਨਾ ਬੋਲਾ ਚਾਇਆ ਇਹਦਾ? ਇਹਦੇ ਕੋ ਬੋਲਾ ਚਾਇਆ ਕੋਈ 14 ਲੀਟਰ, ਮਾਸ਼ਾਅੱਲਾ। 14 ਲੀਟਰ ਜਿਵੇਂ ਜਿਵੇਂ ਚੁਆਈਆਂ ਹੋਣੀਆਂ ਉਹਨਾਂ ਦਾ ਵੈੜ ਨੇ ਕਰਮਾਂ ਲਈ ਨੇ ਫੁੱਲਣਾ ਜੀ। ਠੀਕ ਹੈ, ਇਨਸ਼ਾਅੱਲਾ ਤਾਲਾ। ਇਹ ਕੰਪਲੀਟ ਚੈੱਕ ਕਰ ਲਓ, ਕਾਲੇ ਥਣ ਨੇ, ਮਾਸ਼ਾਅੱਲਾ ਖੂਬਸੂਰਤ। ਮੱਝਾਂ ਕੇ ਥਣ ਲੱਗੇ ਨੇ ਜੀ, ਮਾਸ਼ਾਅੱਲਾ। ਬਿਲਕੁਲ ਜੀ, ਮੱਝਾਂ ਲਈ ਹੈ, ਜ਼ਬਰਦਸਤ। ਗਾਂ ਨੰਬਰ 5 ਜੀ। ਹਾਂਜੀ ਮੀਆਂ ਜੀ, ਜ਼ਰਾ ਉਹਦੇ ਬਾਰੇ 'ਚ ਵੀ ਦੱਸਿਓ। ਇਹਦਾ ਭਾਈ 2.5 ਲੱਖ ਰੁਪਏ ਮੰਗ ਰਹੇ ਹਾਂ। 2.5 ਲੱਖ ਰੁਪਏ ਦੀ ਡਿਮਾਂਡ ਨੇ ਜੀ। ਹਾਂਜੀ, ਇਹ ਕਿੰਨਾ ਦੁੱਧ ਦੇ ਰਹੀ ਹੈ? ਇਹ ਭਾਈ ਦੁੱਧ ਜਿੰਦੇ ਕੋ ਮਾਸ਼ਾਅੱਲਾ ਜਿਹੜਾ ਬੋਲਾ ਚੋਇਆ ਨਾ, ਕੋਈ 20 ਲੀਟਰ ਸੀ ਤੇ ਕੱਲ ਸ਼ਾਮੀ ਸੂਈ ਹੈ 20 ਲੀਟਰ, ਤੇ ਸ਼ਾਮ ਦੀ ਅਜ਼ਾਨਾਂ ਵਾਲੇ ਚੋ ਦਿੱਤੀ, ਬਿਲਕੁਲ ਖਾਲੀ ਵਿਹਲੀ ਗਾਂ ਪਈ ਹੈ ਮਾਸ਼ਾਅੱਲਾ। ਠੀਕ ਹੈ, ਨਾੜੂ ਨਜ਼ਰ ਆ ਰਿਹਾ, ਕੱਲ ਦੀ ਸੂਈ ਹੈ ਸ਼ਾਮ ਨੇ। ਅੱਜ ਵੇਲੇ ਨਾੜੂ ਵੇਖ ਲੋ ਤਾਜ਼ਾ, ਬਿਲਕੁਲ ਇਸੇ ਤਰ੍ਹਾਂ ਹੀ ਹੈ, ਮਾਸ਼ਾਅੱਲਾ ਜੀ ਖੂਬਸੂਰਤ। ਅੱਛਾ ਮੀਆਂ ਜੀ, ਆਪਣਾ ਨੰਬਰ ਤੇ ਬੋਲੋ ਜ਼ਰਾ। ਭਾਈ ਨੰਬਰ ਹੈ ਮੇਰਾ 0307 0307 7050 950 900 ਪੂਰਾ। ਅੱਛਾ, ਹੋਰ ਤੁਸੀਂ ਕਿਹੜੀ ਕਿਹੜੀ ਮੰਡੀ ਜਾਂਦਾ ਤੁਹਾਡਾ ਮਾਲ? ਭਾਈ ਆਪਣਾ ਸ਼ਿਵਪੁਰਾ ਮੰਡੀ ਮਾਲ ਹੁੰਦਾ। ਠੀਕ ਹੈ, ਇਹ ਮੰਡੀ ਹੁੰਦਾ। ਠੀਕ ਹੈ, ਪਿੰਡ ਆਪਣਾ ਡੇਰੇ ਤੇ ਮਾਲ ਵੇਚਦਾ ਰਹਿੰਦਾ। ਠੀਕ ਹੈ, ਮਾਸ਼ਾਅੱਲਾ ਜੀ। ਤੇ ਬਾਕੀ ਜਿਹੜੇ ਭਾਈ ਨੂੰ ਚਾਹੀਦਾ ਜਾਨਵਰ, ਉਹ ਰਾਬਤਾ ਕਰ ਸਕਦਾ, ਇਹਨਾਂ ਦਾ ਨੰਬਰ ਜੀ ਦੇ ਦਿੱਤਾ। ਇਹ ਜਿਹੜੇ ਰੇਟ ਦੱਸੇ ਨੇ ਇਹਨਾਂ ਵਿੱਚ, ਇਨਸ਼ਾਅੱਲਾ ਹੋਰ ਮਜ਼ੀਦ ਮੁਨਾਸਿਬ ਹੋ ਜਾਏਗਾ ਸਾਡੇ ਰੈਫਰੈਂਸ ਨਾਲ ਇਨਸ਼ਾਅੱਲਾ।